चलिए 12:30 हो गए। चल तेरा इंटरव्यू लवान। हाँ जी, तुहानू किवें दा लग रहा इत्थे अज इन्ने वधिया माहौल दे विच? बहुत ही वधिया जी, मेरा ही प्राइवेट है। ठीक है जी। उत्तों हुण वेखो जी, मठिया मठिया कलियां पै रहियां ने, थले पानी चल रहा है, देखो पानी दी आवाज़, पंछी तुरे फिरदे ने, चह चहा रहे ने, किवें दा लग रहा? देखो जी, आपां तां गरीबां वास्ते संस्था खोली है जी। बाहरले देशां तों जां कितों मदद मिलदी है कि इह चीजां करन वास्ते? नहीं जी, बहुत पैसा साडे कोल। अच्छा जी, ਲੋਕੀ 1 ਕਰੋੜ 'ਚ ਕੋਠੀਆਂ ਬਣਾ ਲੈਂਦੇ ਨੇ ਜੀ, ਤੁਸੀਂ 1 ਕਰੋੜ 'ਚ ਸਿਰਫ ਇੱਕ ਝੁੱਗੀ ਹੀ ਬਣਾਉਂਦੇ ਹੋ? ਨਹੀਂ, ਝੁੱਗੀਆਂ ਝੁੱਗੀ ਆਂ। ਠੀਕ ਹੈ ਜੀ। ਇਹਨਾਂ ਨੇ ਕਿਹਾ ਜਿਵੇਂ ਕਿ 1 ਕਰੋੜ ਦੀਆਂ ਝੁੱਗੀ ਆਂ ਬਣਾ ਦਿੰਦੇ ਹੋ, ਝੁੱਗੀ ਆਂ ਦੇ ਵਿੱਚ ਰਹਿੰਦਾ ਕੌਣ ਹੈ ਜੀ? ਇਹਨਾਂ ਵਿੱਚ ਆਪਾਂ ਗਰੀਬਾਂ ਨੂੰ ਬਣਾ ਕੇ ਝੁੱਗੀਆਂ ਨਹੀਂ ਬਣਾ ਕੇ ਦਿੰਦੇ, ਤੁਸੀਂ ਹੁਣ ਵੇਚੀ ਨਾ ਖਾਓ, ਘਰ ਬਣਾ ਕੇ ਦਿੰਦੇ। ਠੀਕ ਹੈ ਜੀ। 25 ਲੱਖ ਦਾ ਇੱਕ ਘਰ ਹੁੰਦਾ, ਮੈਂ 1 ਕਰੋੜ ਦੇ ਆ ਹੀ ਜਾਂਦੇ ਆ ਜੀ, 2-3 ਲੱਖ। ਇੱਧਰ ਤੁਸੀਂ ਇੱਧਰ ਦਾ ਮੂੰਹ ਕਰੋ ਤਾਂ ਕਿ ਤੁਹਾਡੀਆਂ ਝੁੱਗੀਆਂ ਜਿਹੜੀਆਂ ਨੇ ਉਹ ਬਸ ਸਿਸਟਮ ਜਿਹੜਾ ਹੈ ਉਹ। ਅਤੇ ਹੁਣ ਦੇਖੋ ਜੀ, ਆ ਪਿੱਛੇ ਜਿਹੜੇ ਆ ਪੰਛੀ ਨੇ, ਇਹ ਵੀ ਤੁਸੀਂ ਪਾਲੇ ਹੋਏ ਨੇ ਜੀ? ਠੀਕ ਹੈ ਜੀ। ਅਤੇ ਨਹਿਰ ਦਾ ਕੀ ਸੀਨ ਹੈ ਜੀ ਇਸ ਦਾ? ਦੇਖੋ ਜੀ, ਆ ਕਿਸੇ ਆ ਜਿਹੜਾ ਟੂਣਾ ਦੇਖੋ ਜੀ, ਕਰਵਾਉਂਦੇ ਹੀ ਆ ਦੇਖੋ ਜੀ, ਟੂਣੇ ਬਹੁਤ ਹੀ ਵਧੀਆ ਪੈਸਾ ਟੂਣਿਆਂ ਵਿੱਚ। ਤੁਸੀਂ ਵੀ ਨਦੀਆਂ ਬਣਾਓ, ਟੂਣੇ ਕਰਾਓ, ਬਹੁਤ ਆਨੰਦ ਆਉਂਦਾ। ਨਾਲੇ ਤਾਂ ਟੂਣੇ ਕਰੋ, ਨਾਲੇ ਆ ਦੇਖੋ ਜੀ, ਨਾਰੀਅਲ ਅਸੀਂ ਗਰੀਬਾਂ ਨੂੰ ਦਿੰਦੇ ਹਾਂ ਟੂਣਿਆਂ ਦੇ। ਠੀਕ ਹੈ ਜੀ। ਅੱਛਾ, ਟੂਣੇ ਕਰਕੇ ਫਿਰ ਗਰੀਬ ਜਿਹੜੇ ਨੇ ਨਾਰੀਅਲ ਖਾ ਲੈਂਦੇ ਨੇ? ਹਾਂਜੀ, ਖਾ ਲੈਂਦੇ ਨੇ। ਉੱਥੇ ਵੀ ਸਸਤਾ ਬਣਾਈ ਹੈ, ਕੋਈ ਬਾਬਾ ਖਰੀਦਾਂਗੇ ਰੈਂਟ 'ਤੇ ਲਵਾਂਗੇ, ਬਾਬਾ ਖਰੀਦਾਂਗੇ ਰੈਂਟ 'ਤੇ ਰਹਿ ਕੇ ਖਰੀਦਾਂ। ਅੱਛਾ, ਬਾਬਾ ਰੈਂਟ 'ਤੇ ਲਵਾਂਗੇ। ਅੱਛਾ ਜੀ, ਫਿਰ ਉਸ ਤੋਂ ਬਾਅਦ ਇੱਥੇ ਝੁੰਗੀਆਂ ਦਾ ਕੰਮ ਸ਼ੁਰੂ ਕਰਾਂਗੇ। ਠੀਕ ਹੈ, ਆਪੇ ਦੀ ਸੰਗਤ ਹੋ ਜਾਣੀ। ਠੀਕ ਹੈ ਠੀਕ ਹੈ। ਅਤੇ ਜੀ, ਉਹ ਬਾਬਾ ਜੇ ਸਾਰੇ ਪੈਸੇ ਲੈ ਕੇ ਭੱਜ ਗਿਆ, ਉਹਨੇ ਤੁਹਾਨੂੰ ਪੈਸੇ ਨਾ ਦਿੱਤੇ, ਫਿਰ ਕੀ ਕਰੋਗੇ? ਭੱਜਣ ਦੇਣਾ ਹੀ ਨਹੀਂ ਜੀ ਆਪਾਂ। ਅੱਛਾ ਜੀ, ਉਹ ਫਿਰ ਨਹੀਂ, ਹੁਣ ਬਾਬਾ ਆਖੇਗਾ ਵੀ ਮੇਰੇ ਕੋਲ ਪਾਵਰ ਆ ਗਈ, ਲੋਕ ਮੇਰੇ ਪਿੱਛੇ ਲੱਗੇ ਨੇ, ਤੁਹਾਨੂੰ ਜੇ ਹਿੱਸਾ ਨਾ ਦਿੱਤਾ ਤੁਹਾਡੀ ਇਨਵੈਸਟਮੈਂਟ ਖਰਾਬ ਹੋ ਜਾਏਗੀ। ਠੀਕ ਹੈ ਜੀ, ਠੀਕ ਹੈ। ਹੁਣ ਜਿੱਦਾਂ ਕਿ ਦੇਖੋ ਜੀ, ਇਹਨਾਂ ਨੇ ਦੱਸਿਆ ਹੈ ਕਿ ਇਹਨਾਂ ਦਾ ਅੱਗੇ ਇੱਕ ਬਿਜ਼ਨਸ ਪਲਾਨ ਹੈ। ਇਹਨਾਂ ਆਉਂਦੇ ਨੇ ਕਿ ਇੱਕ ਇੱਥੇ, ਉਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਆ, ਦੇਖੋ ਇੱਥੇ ਲੋਕ ਵੈਸੇ ਮੰਨਦੇ ਨੇ, ਆ ਦੇਖੋ ਇੱਥੇ ਉਹ ਕੱਪੜੇ ਵੱਜੇ ਨੇ ਲਾਲ ਰੰਗ ਦੇ, ਕਹਿੰਦੇ ਨੇ ਕਿ ਇੱਥੇ ਇੱਕ ਹੁਣ ਛੋਟਾ ਜਿਹਾ ਕੋਠਾ ਪਾ ਕੇ ਅਤੇ ਬਾਬਾ ਕਿਰਾਏ 'ਤੇ ਲੈ ਲੈਣਾ, ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਸ਼ੁਰੂ ਦੇ ਵਿੱਚ ਬਾਬਾ ਖਰੀਦਣਾ ਅਫੋਰਡ ਨਹੀਂ ਕਰ ਸਕਦੇ, ਅਤੇ ਬਾਬਾ ਕਿਰਾਏ 'ਤੇ ਲੈ ਕੇ ਇੱਥੇ ਕੰਮ ਚਲਾਉਣ ਦੀ ਕੋਸ਼ਿਸ਼ ਜਾਰੀ ਹੈ ਭਾਈ ਸਾਹਿਬ ਹੋਰਾਂ ਦੀ। ਅਤੇ ਭਾਈ ਸਾਹਿਬ ਜੀ, ਇਹ ਤੁਹਾਨੂੰ ਆਈਡੀਆ ਆਇਆ ਕਿੱਥੋਂ ਕਿ ਬਾਬਾ ਕਿਰਾਏ 'ਤੇ ਲੈ ਕੇ ਕੰਮ ਚਲਾ ਲਾਂਗੇ? ਥੋੜ੍ਹਾ ਜਿਹਾ ਦਰਸ਼ਕਾਂ 'ਤੇ ਧਿਆਨ ਦੇ ਕੇ ਦੱਸੋ ਨਾ। ਹਾਂਜੀ, ਆਪਣਾ ਦਿਮਾਗ ਬਹੁਤ ਹੈ। ਹਾਂਜੀ, ਵੇਖੋ ਆਪਾਂ ਇੰਨੀ ਡੂੰਘਾਈ ਗਰੀਬਾਂ ਵਾਸਤੇ ਬਣਾ ਦਿੱਤਾ, ਟੋਪੀਆਂ ਦਾ ਇੰਤਜ਼ਾਮ ਕਰ ਦਿੱਤਾ, ਇੰਨੇ ਟੂਣੇ ਟਾਣੇ ਕਰਕੇ ਆਪਣਾ ਸੀਨਾ ਠਾਰਨਾ ਹੁੰਦਾ, ਉਹਨਾਂ ਵਾਸਤੇ ਬਣਾ ਦਿੱਤਾ। ਠੀਕ ਹੈ ਜੀ, ਬਾਬਾ ਲਿਆਉਣਾ ਸਾਡੇ ਵਾਸਤੇ ਐਡੀ ਵੱਡੀ ਗੱਲ ਨਹੀਂ। ਠੀਕ ਹੈ ਜੀ। ਨਹੀਂ ਬਾਬਾ, ਤੁਸੀਂ ਮਤਲਬ ਕਿੰਨੇ ਕੁ ਵਿੱਚ ਕਿਰਾਏ 'ਤੇ ਮਿਲ ਜਾਂਦਾ ਬਾਬਾ, ਜੇ ਮਤਲਬ ਆਪਾਂ ਕੰਮ ਚਲਾਉਣਾ ਹੋਵੇ? 2-3 ਹਜ਼ਾਰ 'ਚ ਟੂਣੇ ਵਾਲਾ ਵਧੀਆ ਮਿਲ ਜਾਂਦਾ ਹੈ। ਠੀਕ ਹੈ ਜੀ, ਜੋ ਚੰਗੀ ਤਰ੍ਹਾਂ ਦੀ ਵਿਸ਼ਵਾਸ ਕਰੇ। ਠੀਕ ਹੈ ਜੀ, ਠੀਕ ਹੈ। ਅਤੇ ਉਹ ਫਿਰ ਬਾਬਾ ਜਿਹੜਾ ਹੈ ਉਹ ਲੋਕਾਂ ਨੂੰ ਅੰਧ ਵਿਸ਼ਵਾਸ ਵੀ ਦੇ ਵਿੱਚ ਪਾਉਂਦਾ ਹੈ, ਅਤੇ ਲੋਕ ਉਹਨੂੰ ਮਤਲਬ ਟੂਣੇ ਦੇ ਕਿੰਨੇ ਪੈਸੇ ਦੇ ਦਿੰਦੇ ਨੇ ਬਾਬੇ ਨੂੰ? ਬਣ ਹੀ ਜਾਂਦਾ ਹੈ 2-3 ਹਜ਼ਾਰ।
2-3 ਹਜ਼ਾਰ ਇੱਕ ਟੂਣੇ ਦਾ। ਅਰਦਾਸ ਅਰਦੂਸ ਲਾ, ਅਰਦਾਸ ਦੇ ਵੱਖਰੇ ਪੈਸੇ ਲੈਂਦੇ ਹੋ ਤੁਸੀਂ? ਹਾਂਜੀ ਹਾਂਜੀ। ਅੱਛਾ ਜੀ। ਤੇ ਆ ਸੰਤਰੀ ਬੋਤਲਾਂ, ਗੰਦੇ ਗੁੰਦੇ ਦੇ ਫੁੱਲ, ਠੀਕ ਹੈ ਜੀ, ਨਾਲ ਕੱਪੜੇ, ਠੀਕ ਹੈ, ਭੰਗਵੀਆਂ ਮੌਲੀਆਂ। ਇਹ ਵੀ ਤੁਸੀਂ ਫਿਰ ਆਪਣੀ ਹੀ ਦੁਕਾਨ ਖੁਲਵਾ ਦਿਓਗੇ ਤਾਂ ਕਿ ਲੋਕੀ ਭੰਗਵੀਆਂ ਮੌਲੀਆਂ, ਲਾਲ ਕੱਪੜੇ ਵਗੈਰਾ ਖਰੀਦ ਲੈਣ, ਹੈ ਨਾ? ਹਾਂਜੀ ਹਾਂਜੀ। ਅਤੇ ਉਹ ਤਾਂ ਫਿਰ ਤੁਹਾਨੂੰ ਕੱਪੜੇ ਖਰੀਦਣ ਦੀ ਲੋੜ ਹੀ ਨਹੀਂ, ਉਹੀ ਚੜਾਉਣਗੇ, ਉਹੀ ਤੁਸੀਂ ਦੁਕਾਨਾਂ 'ਤੇ ਰੱਖ ਸਕਦੇ ਹੋ ਅਤੇ ਦੁਬਾਰਾ ਦੁਬਾਰਾ ਵੇਚ ਸਕਦੇ ਹੋ, ਹੈ ਨਾ? ਬਹੁਤ ਹੈ। ਹੁਣ ਆਪਾਂ ਇਨਵਾਇਰਮੈਂਟ ਨੂੰ ਬਚਾਉਣ ਵਾਸਤੇ ਵੀ ਆ ਕਦਮ ਲੈ ਸਕਦੇ ਹਾਂ। ਜੇ ਤੁਹਾਡੇ ਇੱਥੇ ਦਰੱਖਤ ਵੱਢ ਰਹੇ ਨੇ ਅਤੇ ਤੁਸੀਂ ਕਹਿੰਦੇ ਹੋ ਸਾਡੇ ਦਰੱਖਤ ਆਉਣਾ, ਇੱਥੇ ਤੁਸੀਂ ਲਾਲ ਕੱਪੜੇ ਬੰਨ੍ਹੋ, ਦਰੱਖਤ ਨੇ ਕੋਈ ਵੇਖਣਾ ਵੀ ਨਹੀਂ। ਬਿਲਕੁਲ ਸਹੀ ਗੱਲ ਹੈ ਤੁਹਾਡੀ ਜੀ, ਜਿਹੜੇ ਲੋਕ ਨੇ ਉਹਨਾਂ ਨੂੰ ਵਹਿਮ ਪੈ ਜਾਏਗਾ ਕਿ ਇਹ ਜਿਹੜਾ ਦਰੱਖਤ ਹੈ ਇੱਥੇ ਕੋਈ ਬਾਬੇ ਨੇ ਭਗਤੀ ਕੀਤੀ ਹੈ ਜਾਂ ਸਾਨੂੰ ਕੋਈ ਪੀਰ ਭੂਤ ਨਾ ਚੰਬੜ ਜਾਏ, ਅਤੇ ਉਹ ਲੋਕ ਜਿਹੜੇ ਨੇ ਉਹ ਦਰਖਤ ਵੱਢਣੇ ਛੱਡ ਦੇਣਗੇ ਇਹਦੇ ਨਾਲ ਇਨਵਾਇਰਮੈਂਟ ਦਾ। ਵੈਸੇ ਸੋਚ ਤੁਹਾਡੀ ਬਹੁਤ ਵਧੀਆ ਹੈ, ਅਤੇ ਇਹ ਫਿਰ ਤੁਸੀਂ ਇਹ ਕਿਉਂ ਸੋਚਿਆ ਕਿ ਆਪਾਂ ਦਰਖਤ ਵੱਢਣ ਤੋਂ ਅੰਧ ਵਿਸ਼ਵਾਸ ਦੇ ਵਿੱਚ ਪਾ ਕੇ ਹੀ ਲੋਕਾਂ ਨੂੰ ਆਪਾਂ ਜਿਹੜਾ ਇਹ ਨੇਕ ਕੰਮ ਕਰ ਸਕਦੇ ਹਾਂ? ਵੈਸੇ ਵੀ ਤਾਂ ਸਮਝਾ ਸਕਦੇ ਹਾਂ ਫਿਰ ਲੋਕੀ ਸਮਝਦੇ ਨਹੀਂ ਨਾ ਜੀ। ਨਹੀਂ ਇਹ ਗੱਲ ਤੁਹਾਡੀ ਸਹੀ ਹੈ, ਨਾਲੇ ਮੋਟੀ ਕਮਾਈ ਹੋ ਜਾਂਦੀ ਹੈ ਸਾਨੂੰ। ਬਿਲਕੁਲ ਬਿਲਕੁਲ ਬਿਲਕੁਲ, ਉਹੀ ਤੁਸੀਂ ਦੇਖੋ ਜੀ, ਇਹ ਦਰਖਤ ਤੋਂ ਹੀ 5,000 ਦਿਹਾੜੀ ਕਮਾ ਰਹੇ ਹਾਂ। ਹੁਣ ਜੇ ਤੁਸੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ, 5,000 ਰੁਪਈਆ 5 ਦਰਖਤਾਂ ਦਾ ਬਣ ਸਕਦਾ ਜੀ। ਠੀਕ ਹੈ, ਤੇ ਤੁਹਾਨੂੰ ਫਿਰ 5 ਥਾਵਾਂ ਤੇ ਬਾਬੇ ਵੀ ਤੇ ਅੱਡੋ ਅੱਡ ਕਿਰਾਏ ਤੇ ਕਰਨੇ ਪੈਣਗੇ ਨਾ? ਨਹੀਂ ਨਹੀਂ ਜੀ, ਉਹ ਤਾਂ ਬਸ ਬੰਨ ਦੋ, ਟੂਣੇ ਕਰ ਦੋ, ਆਪੇ ਲੋਕ ਦੁਨੀਆ ਆ ਜਾਂਦੀ ਹੈ। ਠੀਕ ਹੈ ਠੀਕ ਹੈ। ਤੇ ਜਿਹੜਾ ਟੂਣਿਆਂ ਵਾਲਾ ਬਿਜ਼ਨਸ ਹੈ ਇਹ ਕਾਫੀ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਕਾਰਗਰ ਹੈ? ਨਹੀਂ ਜੀ, ਹਾਂ ਜੀ ਠੀਕ ਠੀਕ ਹੈ, ਨਾਲੇ ਤਾਂ ਯੂਪੀ ਤੋਂ ਬਹੁਤ ਉੱਥੇ ਹੈ, ਇੱਥੇ ਵੀ ਕਰਾਂਗੇ, ਯੋਗੀ ਜੀ ਨੇ ਬਹੁਤ ਹੀ ਵਧੀਆ ਕਦਮ ਚੁੱਕਿਆ ਹੈ। ਅੱਛਾ, ਯੋਗੀ ਜੀ ਵੀ ਟੂਣੇ ਕਰਦੇ ਨੇ? ਹਾਂਜੀ ਕਰਦੇ ਹੀ ਹੋਣਗੇ ਜਿਹੜੇ ਇੰਨੀ ਸਰਕਾਰ ਚੱਲੀ ਜਾਂਦੀ ਹੈ। ਬਿਲਕੁਲ ਬਿਲਕੁਲ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਇਹ ਜਿਹੜੇ ਬਾਬੇ ਨੇ ਟੂਣੇ ਕਰ ਕਰਕੇ ਲੋਕਾਂ ਨੂੰ ਮਹਿਮਾ 'ਚ ਪਾ ਪਾ ਕੇ ਉਸ ਤੋਂ ਬਾਅਦ ਹੀ ਫਿਰ ਇਹ ਜਿਹੜੇ ਨੇ ਇਹ ਅੱਗੇ ਮਤਲਬ ਇੱਥੋਂ ਤੱਕ ਪਹੁੰਚ ਜਾਂਦੇ ਨੇ, ਸਿਆਸਤਦਾਨ ਬਣ ਜਾਂਦੇ ਨੇ ਉਸ ਤੋਂ ਬਾਅਦ। ਠੀਕ ਹੈ, ਅਤੇ ਹੁਣ ਜੇ ਮੈਨੂੰ ਇੱਕ ਗੱਲ ਦੀ ਤੁਸੀਂ ਅਜੇ ਵੀ ਨਹੀਂ ਦੱਸੀ ਕਿ ਜੇ ਬਾਬਾ ਜਦੋਂ ਕੰਮ ਚੱਲ ਜੇ, ਤੁਸੀਂ ਜਿਹੜਾ ਬਾਬਾ ਕਿਰਾਏ 'ਤੇ ਲੈ ਆਉਂਦਾ ਉਹ ਜੇ ਕਬਜ਼ਾ ਕਰ ਜਾਏਗੀ ਅਤੇ ਕੰਮ ਹੀ ਮੇਰਾ, ਤੂੰ ਕੌਣ ਹੈ, ਉਹਦਾ ਫਿਰ ਕੀ ਹੱਲ ਕਰੋਗੇ? ਕੀ ਤੁਸੀਂ ਉਹਦੇ ਤੋਂ ਕੋਈ ਲਿਖ ਲਿਖਾਈ ਕਰਕੇ ਉਹਦਾ ਕੋਈ ਅਸਟਾਮ ਪੇਪਰ ਲਓਗੇ ਬਾਬੇ ਤੋਂ ਜਾਂ ਕੀ ਸਿਸਟਮ ਬਣੇਗਾ ਤੁਹਾਡਾ? ਨਹੀਂ ਨਹੀਂ, ਉਹ ਤਾਂ ਤੁਸੀਂ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਇਹੋ ਜਿਹੇ ਕੰਮ ਚੱਲਦੇ ਰਹਿੰਦੇ ਨੇ ਅਤੇ ਕਰ ਵੀ ਲਏਗਾ, ਆਪਾਂ ਕੋਈ ਹੋਰ ਕੰਮ ਲੱਭ ਲਾਂਗੇ। ਠੀਕ ਹੈ, ਮਤਲਬ ਤੁਸੀਂ ਹੋਰ ਦਰਖਤ ਲੱਭ ਲਓਗੇ ਉੱਥੇ ਕਿਰਾਏ 'ਤੇ ਬਾਬਾ? ਅੱਛਾ, ਜੇ ਤੁਸੀਂ ਕਿਰਾਏ ਬਹੁਤ ਹੁੰਦਾ ਜੀ ਸਾਡੇ ਇੱਥੇ। ਠੀਕ ਹੈ ਠੀਕ ਹੈ, ਪਿੱਪਲ 'ਤੇ ਲੋਕ ਵਹਿਮ ਵੀ ਕਰਦੇ, ਪਿੱਪਲ ਲਾਇਆ? ਹਾਂਜੀ ਹਾਂ, ਵਹਿਮ ਕਰਦੇ ਨੇ ਲੋਕ ਪਿੱਪਲ 'ਤੇ, ਅਤੇ ਪਿੱਪਲ ਦੇ ਉੱਤੇ ਕੰਮ ਜ਼ਿਆਦਾ ਚੱਲਣ ਦੇ ਆਸਾਰ ਨੇ, ਹੈ ਨਾ? ਠੀਕ ਹੈ ਜੀ ਠੀਕ ਹੈ। ਅੱਛਾ, ਫਿਰ ਤੁਸੀਂ ਇੱਦਾਂ ਕਿਉਂ ਸੋਚਦੇ ਹੋ ਕਿ ਬਾਬਾ ਆਪਾਂ ਕਿਰਾਏ 'ਤੇ ਲਿਆ ਕੇ ਬਾਲਾਂਗੇ, ਅਤੇ ਤੁਸੀਂ ਖੁਦ ਵੀ ਤਾਂ ਬਾਬੇ ਦਾ ਕੰਮ ਕਰ ਸਕਦੇ ਹੋ, ਤੁਸੀਂ ਲੋਕਾਂ ਨੂੰ ਬਸ ਉਹੀ ਦੇ? ਹਾਂ, ਅਸੀਂ ਚਿੜੀਆਂ ਸਾਡਾ ਪਾਲਣ ਦਾ ਜਿਹੜਾ ਕਾਰਨ ਹੈ ਇਹ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਅਸੀਂ ਨਵਾਂ ਬਾਬਾ ਇਨਵੈਂਟ ਕਰਨਾ, ਚਿੜੀ ਦੇਵ। ਚਿੜੀ ਦੇਵ, ਬਾਬਾ ਚਿੜੀ ਦੇਵ ਜੀ, ਠੀਕ ਹੈ ਜੀ। ਤੇ ਉਹਦਾ ਰੂਪ ਮੈਂ ਆਪ ਧਾਰਨ ਕਰਾਂਗਾ, ਬਿਲਕੁਲ ਬਿਲਕੁਲ। ਦੇਖੋ ਜੀ ਦੇਖੋ, ਬਾਬਾ ਚਿੜੀ ਦੇਵ ਜੀ ਦੀਆਂ ਚਿੜੀਆਂ ਦੇਖੋ, ਤੇ ਹੁਣ ਇਹ ਬਾਬਾ ਜੀ ਅੱਗੇ ਕਿਰਾਏ ਤੇ ਬਾਬੇ ਲਿਆ ਕੇ ਆਪਣਾ ਬਿਜ਼ਨਸ ਵਧਾਉਣਾ ਚਾਹ ਰਹੇ ਨੇ, ਤੇ ਤੁਹਾਨੂੰ ਫਿਰ ਉਹਦੇ ਵਾਸਤੇ ਭਗਵੇਂ ਕੱਪੜੇ ਵੀ ਪਾਣੇ ਪਾਣਗੇ। ਆਹ ਜਿਹੜੇ ਇੱਧਰ ਮੂੰਹ ਕਰਿਓ, ਆਹ ਜਿਹੜਾ ਐਡੀਡਾਸ ਲਿਖਿਆ ਤੁਸੀਂ ਆਪਣੇ ਇਹਦੇ ਉੱਤੇ, ਇਹ ਵੀ ਛੱਡਣਾ ਪਊਗਾ। ਇਹ ਫਿਰ ਤੁਸੀਂ ਕਿਵੇਂ ਸੈਕਰੀਫਾਈਜ਼, ਤੁਸੀਂ ਫੈਸ਼ਨ ਤੋਂ ਕਿਵੇਂ ਆਪਣਾ ਪਿੱਛਾ ਛਡਾਓਗੇ? ਅਸੀਂ ਮਤਲਬ ਨਜ਼ਾਰੇ ਹੀ ਲਈਦੇ ਨੇ, ਤਿਆਗ ਦਿੰਦੇ ਹਾਂ ਸਾਰੇ ਚੋਲੇ ਚਾਲੇ। ਠੀਕ ਹੈ ਜੀ, ਅਤੇ ਤੁਸੀਂ ਲੋਕਾਂ ਨੂੰ ਹੁਣ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਅਸੀਂ ਆਹ ਦੇਣਾ ਚਾਹਾਂਗੇ, ਤੁਸੀਂ ਵੀ ਨਦੀਆਂ ਕੱਢੋ, ਟੂਣਿਆਂ ਦਾ ਬਿਜ਼ਨਸ ਨੂੰ ਅੱਗੇ ਵਧਾਓ, ਅਤੇ ਯੋਗੀ ਜੀ ਦਾ ਅਤੇ ਮੋਦੀ ਜੀ ਦਾ ਨਾਮ ਉੱਚਾ ਕਰੋ, ਹੋਰ ਨਵੇਂ ਨਵੇਂ ਦੇਵਤੇ ਇਨਵੈਂਟ ਕਰੋ। ਵਾਹ ਜੀ ਵਾਹ, ਦੇਖੋ ਵੀ ਇਹਨਾਂ ਦਾ ਕਹਿਣਾ ਹੈ ਕਿ ਦੇਵਤੇ ਜਿਹੜੇ ਨੇ ਅਸੀਂ ਆਪ ਇਨਵੈਂਟ ਕਰਨੇ ਆ, ਨਵੇਂ ਨਵੇਂ ਦੇਵਤੇ ਇਨਵੈਂਟ ਕਰੋ, ਅਤੇ ਤੁਸੀਂ ਵੀ ਇੱਕ ਕਮਾਈ ਦਾ ਵਧੀਆ ਸਾਧਨ ਹੈ, ਕਿਉਂਕਿ ਪੰਜਾਬ ਦੇ ਲੋਕ, ਹਰਿਆਣੇ, ਯੂਪੀ ਦੇ ਲੋਕ, ਭਾਰਤ ਦੇ ਲੋਕ ਜਿਹੜੇ ਨੇ ਇਹਨਾਂ ਕੰਮਾਂ ਦੇ ਵਿੱਚ ਬਹੁਤ ਹੀ ਮੋਟਾ ਪੈਸਾ ਕਮਾ ਰਹੇ ਨੇ, ਜਿਹਦੇ ਵਿੱਚ ਕਿ ਕਈ ਲੋਕਾਂ ਦੇ 'ਤੇ ਜਿੱਦਾਂ ਇਹਨਾਂ ਨੇ ਦੱਸਿਆ ਸੀ ਮੈਨੂੰ ਆਫ ਰਿਕਾਰਡ ਕਿ
कई अरबां दे डेरे ने वो तुसी भी खोल सकते हो, तुहानू बाबियां दे पिछे लगन दी लोड़ नहीं है, तुहाडा थोड़ा जिहा दिमाग चलना चाहिए, टूने टाने करने सीखो, उस तो बाद एक्सपीरियंस होंदा जाएगा, काम वधांदे जाओ। तो भाई साहब हुण असीं तुहाडे तों लैने आ इजाजत, तो सत श्री अकाल।